ਫੈਮਿਲੀ ਦੇ ਬੱਚਿਆਂ ਵਾਸਤੇ ਇੱਕ ਛੋਟਾ ਜਿਹਾ ਥੀਏਟਰ ਲਾਈਕ ਬਣਾਇਆ ਜਿਹਦੇ ਵਿੱਚ ਬੱਚੇ ਦੇਖ ਦੇਖ ਕੇ ਸਿੱਖ ਸਕਦੇ ਆ। ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਕੋਈ ਕਹਾਣੀ ਸੁਣਾਉਣੀ ਆ, ਬੱਚਿਆਂ ਨੂੰ ਵੈਸੇ ਕਹਾਣੀ ਸੁਣਾਉਣ ਨਾਲੋਂ ਜੇ ਅਸੀਂ ਉਹਨਾਂ ਨੂੰ ਦਿਖਾ ਕੇ ਸਿਖਾਵਾਂਗੇ ਤਾਂ ਬਹੁਤ ਜਲਦੀ ਉਹਨਾਂ ਤੇ ਅਸਰ ਪਏਗਾ। ਜਿਸ ਤਰ੍ਹਾਂ ਕਿ ਅਸੀਂ ਬੱਚਿਆਂ ਨੂੰ ਆਹ ਵਾਲੀ ਹਰਮਨ ਦੀ ਕਹਾਣੀ ਸੁਣਾਉਣੀ ਆ, ਇਹਦੇ ਵਿੱਚ ਅਸੀਂ ਪਹਿਲਾਂ ਦਿਖਾਵਾਂਗੇ ਕਿ ਇੱਕ ਹਰਮਨ ਆਪਣੀ ਮੰਮਾ ਦੀ ਗੋਦ ਵਿੱਚ ਸੁੱਤਾ ਪਿਆ ਸੀ, ਠੀਕ ਆ। ਸੁੱਤੇ ਸੁੱਤੇ ਉਸਨੂੰ ਨੀਂਦ ਆ ਗਈ ਤੇ ਸੁਪਨਿਆਂ ਦੇ ਵਿੱਚੋਂ ਉੱਡ ਕੇ ਆਸਮਾਨ ਦੇ ਉੱਪਰ ਚਲਾ ਗਿਆ। ਇਸ ਤੋਂ ਬਾਅਦ ਬੱਚਿਆਂ ਵਿੱਚ ਦੇਖਣ ਦੀ ਕਿਉਸਟੀ ਵਧਦੀ ਹੈ, ਉੱਡਦਾ ਉੱਡਦਾ ਆਸਮਾਨ ਵਿੱਚ ਚਲਾ ਗਿਆ। ਉੱਥੇ ਉਸਨੂੰ ਇੱਕ ਚਿੜੀ ਮਿਲੀ। ਫਿਰ ਅਸੀਂ ਉਸਨੂੰ ਤੀਸਰੀ ਫੋਟੋ ਦਿਖਾ ਸਕਦੇ ਹਾਂ ਬੱਚੇ ਨੂੰ, ਇਸ ਨੂੰ ਚਿੜੀ ਮਿਲੀ। ਚਿੜੀ ਉਹਦੇ ਨਾਲ ਗੱਲਾਂ ਕਰਦੀ ਹੈ ਕਿ ਤੈਨੂੰ ਉੱਪਰ ਆਸਮਾਨ ਦੇ ਉੱਪਰ ਆ ਕੇ ਉੱਡ ਕੇ ਤੈਨੂੰ ਕਿਹੋ ਜਿਹਾ ਲੱਗ ਰਿਹਾ? ਉਹ ਕਹਿ ਰਿਹਾ ਕਿ ਮੈਨੂੰ ਬਹੁਤ ਅੱਛਾ ਲੱਗ ਰਿਹਾ, ਮੈਨੂੰ ਬਹੁਤ ਮਜ਼ਾ ਆ ਰਿਹਾ। ਉਸ ਤੋਂ ਬਾਅਦ ਉਸ ਹੋਰ ਉੱਪਰ ਜਾਂਦਾ ਤਾਂ ਉਹਨੂੰ ਇੱਕ ਬਾਜ਼ ਮਿਲਦਾ। ਬਾਜ਼ ਹਰਮਨ ਨੂੰ ਪੁੱਛਦਾ ਕਿ ਹਰਮਨ ਤੈਨੂੰ ਉੱਪਰ ਆ ਕੇ ਆਸਮਾਨ ਦੇ ਉੱਪਰ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ? ਤਾਂ ਉਹ ਕਹਿੰਦਾ ਕਿ ਮੈਨੂੰ ਬਹੁਤ ਮਜ਼ਾ ਆ ਰਿਹਾ। ਇਹਦਾ ਇਸ ਤਰ੍ਹਾਂ ਅਸੀਂ ਸਟੈਪ ਬਾਏ ਸਟੈਪ ਬੱਚਿਆਂ ਨੂੰ ਫੋਟੋਆਂ ਕਰ ਕਰਕੇ ਦਿਖਾ ਸਕਦੇ ਹਾਂ। ਇਸ ਤੋਂ ਬਾਅਦ ਜਿਸ ਤਰ੍ਹਾਂ ਸਟੈਪ, ਫਿਰ ਉਹਨੂੰ ਰੋਕੇਟ ਮਿਲਦਾ, ਫਿਰ ਉਹਨੂੰ ਹੈਲੀਕਾਪਟਰ ਮਿਲਦਾ। ਇਸੇ ਤਰ੍ਹਾਂ ਜਦੋਂ ਬੱਚਾ ਇਸ ਨੂੰ ਦੇਖੇਗਾ, ਉਸਨੂੰ ਇੱਕ ਤਾਂ ਕਹਾਣੀ ਬਹੁਤ ਅੱਛੀ ਤਰ੍ਹਾਂ ਨਾਲ ਸਮਝ ਲੱਗ ਜਾਏਗੀ, ਇੱਕ ਉਹਦਾ ਕਲਾਸ ਵਿੱਚ ਦਿਲ ਲੱਗੇਗਾ, ਉਹਦੇ ਚ ਰੁਚੀ ਕਿਹੋ ਜਿਹਾ ਲੱਗਿਆ ਜੀ ਸਭ ਨੂੰ।